ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਤਸਵੀਰ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤਾਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ ਹੈ ਤੇ ਪਿੱਛੇ ਇੱਕ ਬਜ਼ੁਰਗ ਵਿਅਕਤੀ ਖੜਾ ਹੈ, ਸੇਵਾਦਾਰ ਖੜਾ ਹੈ। ਉਸ ਦੇ ਹੱਥ ਦੇ ਵਿੱਚ ਚੌਰ ਸਾਹਿਬ ਹੈ ਅਤੇ ਉਹ ਚੌਰ ਸਾਹਿਬ ਦੀ ਸੇਵਾ ਨਿਭਾ ਰਿਹਾ ਹੈ। ਇਹਨੇ ਨੂੰ ਅਚਾਨਕ ਉਹ ਹੇਠਾਂ ਡਿੱਗ ਪੈਂਦਾ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਵਿਅਕਤੀ ਸੀ, ਸੇਵਾਦਾਰ ਸੀ, ਬਜ਼ੁਰਗ ਵਿਅਕਤੀ, ਉਹ ਹੇਠਾਂ ਡਿੱਗ ਪਿਆ ਅਤੇ ਗ੍ਰੰਥੀ ਸਿੰਘ ਤਾਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ। ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸ ਦੇ ਹੱਥ ਦੇ ਵਿੱਚ ਚੌਰ ਸੀ, ਜਿਹੜਾ ਸੇਵਾ ਕਰ ਰਿਹਾ ਸੀ, ਅਚਾਨਕ ਮੁੜ ਤੋਂ ਉੱਠਦਾ ਹੈ ਅਤੇ ਕੋਸ਼ਿਸ਼ ਕਰਕੇ ਚੌਰ ਸਾਹਿਬ ਨੂੰ ਆਪਣੀ ਜਗ੍ਹਾ ਦੇ ਉੱਤੇ ਰੱਖਦਾ ਹੈ ਅਤੇ ਉਸ ਦੇ ਹੱਥ ਦੇ ਵਿੱਚ ਰੁਮਾਲਾ ਸਾਹਿਬ ਵੀ ਹੁੰਦਾ, ਉਸ ਨੂੰ ਵੀ ਉਹ ਪਾਲਕੀ ਸਾਹਿਬ 'ਤੇ ਰੱਖ ਦਿੰਦਾ। ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ਹੇਠਾਂ ਨੂੰ ਚੁੱਕ ਜਾਂਦਾ ਅਤੇ ਗ੍ਰੰਥੀ ਸਿੰਘ ਹੁਕਮਨਾਮਾ ਲੈ ਰਿਹਾ। ਤਾਂ ਥੋੜ੍ਹੀ ਦੇਰ ਬਾਅਦ ਗ੍ਰੰਥੀ ਸਿੰਘ ਵੀ ਉੱਠਦਾ ਅਤੇ ਜਦੋਂ ਦੇਖਦਾ ਤਾਂ ਉਸ ਸ਼ਖਸ ਦੀ ਮੌਤ ਹੋ ਚੁੱਕੀ ਹੁੰਦੀ ਹੈ। ਦੱਸਿਆ ਇਹ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਬਲਾਚੌਰ ਤੋਂ ਇਹ ਖਬਰ ਸਾਹਮਣੇ ਆਈ ਹੈ। ਚੌਰ ਸਾਹਿਬ ਕਰਦਾ ਕਰਦਾ ਇਹ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਹੈ। ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਲੋਨੀ ਬਲਾਚੌਰ ਦੀਆਂ ਨੇ, ਜਿੱਥੇ ਸੁਰਜੀਤ ਸਿੰਘ ਜੋ ਬੇਲਾ ਦਾ ਰਹਿਣ ਵਾਲਾ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੁੰਦਾ ਹੈ। ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੁਰਜੀਤ ਸਿੰਘ ਕਰੀਬ 2 ਸਾਲਾਂ ਤੋਂ ਇੱਥੇ ਸੇਵਾ ਨਿਭਾ ਰਿਹਾ ਸੀ। ਸਵੇਰੇ ਉਸਨੇ ਪਹਿਲਾਂ ਇਸ਼ਨਾਨ ਕੀਤਾ, ਫਿਰ 2 ਘੰਟੇ ਦੀ ਰੌਲ ਲਾਈ ਅਤੇ ਭੋਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਣ ਤੋਂ ਬਾਅਦ ਉਹ ਚੌਰ ਸਾਹਿਬ ਦੀ ਸੇਵਾ ਕਰਨ ਲੱਗ ਪਿਆ। ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਲੈ ਰਿਹਾ ਸੀ ਤਾਂ ਅਚਾਨਕ ਸੁਰਜੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਪਿਆ। ਹਾਲਾਂਕਿ ਉਸਨੂੰ ਸੁਰਤ ਆਈ ਅਤੇ ਉਸਨੇ ਖੜ੍ਹੇ ਹੋ ਕੇ ਚੌਰ ਸਾਹਿਬ ਰੱਖ ਦਿੱਤੀ ਅਤੇ ਮੁੜ ਪਾਲਕੀ ਸਾਹਿਬ ਦੇ ਪਿੱਛੇ ਖੜ੍ਹ ਗਿਆ, ਪਰ ਅਚਾਨਕ ਉਹ ਮੁੜ ਤੋਂ ਹੇਠਾਂ ਨੂੰ ਝੁੱਕ ਗਿਆ ਅਤੇ ਉਸਦੀ ਜਾਨ ਚਲੀ ਗਈ। ਗੁਰਦੁਆਰਾ ਸਾਹਿਬ 'ਚ ਸੇਵਾ ਕਰਦੇ ਕਰਦੇ ਇਸ ਵਿਅਕਤੀ ਦੀ ਜਾਨ ਗਈ ਹੈ, ਪਰ ਇਸਨੇ ਆਪਣੀ ਸੇਵਾ ਨੂੰ ਵੀ ਪੂਰਾ ਕੀਤਾ। ਇਹ ਨਹੀਂ ਕਿ ਚੌਰ ਸਾਹਿਬ ਇਸ ਦੇ ਹੱਥ ਦੇ ਵਿੱਚ ਸੀ, ਹੇਠਾਂ ਡਿੱਗਿਆ ਹੋਇਆ ਸੀ, ਫਿਰ ਉੱਠਦਾ, ਥੋੜ੍ਹੀ ਜਿਹੀ ਸੁਰਤ ਆਉਂਦੀ ਹੈ ਤਾਂ ਚੌਰ ਸਾਹਿਬ ਨੂੰ ਦੁਬਾਰਾ ਤੋਂ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰਦਾ, ਰੁਮਾਲਾ ਸਾਹਿਬ ਨੂੰ ਵੀ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰਦਾ ਅਤੇ ਫਿਰ ਆਪਣੇ ਪ੍ਰਾਣ ਤਿਆਗ ਦਿੰਦਾ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਕਰਦੇ ਇਸ ਸੇਵਾਦਾਰ ਦੀ ਜਾਨ ਚਲੀ ਗਈ। ਕੱਲ੍ਹ ਰਾਤ ਪਹਿਲਾਂ ਉਹਨਾਂ ਨੇ 2 ਤੋਂ 4 ਮੂਲ ਮੰਤਰ ਦਾ ਪਾਠ ਕੀਤਾ, ਡਿਊਟੀ ਲਾਈ, ਉਸ ਤੋਂ ਉਪਰੰਤ ਸੇਵਾ ਕੀਤੀ, ਇਸ਼ਨਾਨ ਕੀਤਾ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਸਨ। ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ, ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ, ਚੌਰ ਸਾਹਿਬ ਕੀਤੀ, ਫਿਰ ਖੜ੍ਹੇ ਹੋ ਕੇ ਅਰਦਾਸ ਕੀਤੀ। ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਸਨ, ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ, ਮਹਾਰਾਜ ਦੇ ਵਜ਼ੀਰ ਹੁਕਮਨਾਮਾ ਲੈ ਰਹੇ ਸਨ, ਉਸ ਵੇਲੇ ਦੇਖਿਆ ਅਚਾਨਕ ਹੀ ਚੌਰ ਸਾਹਿਬ ਕਰਦੇ ਕਰਦੇ ਇੱਕਦਮ ਇਹਨਾਂ ਨੂੰ ਅਟੈਕ ਹੋਇਆ, ਚੱਕਰ ਆਇਆ, ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ, ਲੰਮੇ ਪੈ ਗਏ। ਫਿਰ ਇਹਨਾਂ ਨੂੰ ਥੋੜ੍ਹੀ ਸੋਝੀ ਆਈ, ਸੁਰਤ ਆਈ, ਇਹਨਾਂ ਦੇ ਹੱਥ ਵਿੱਚ ਚੌਰ ਸੇ ਮਹਾਰਾਜ ਦੇ ਸੁੱਖ ਆਸਣ ਦਾ ਕੱਪੜਾ ਸੀ। ਇਹ ਉੱਠੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆਂ ਬੈਠੇ ਮਹਾਰਾਜ ਦੇ ਵੀਰਾਂ ਨੂੰ ਚੌਰ ਸਾਹਿਬ ਫੜਾਇਆ, ਸੁੱਖ ਆਸਣਾ ਕੱਪੜਾ ਮਹਾਰਾਜ ਦੇ ਪਾਲਕੀ ਵਿੱਚ ਰੱਖਿਆ। ਉੱਥੇ ਹੀ ਥੜਾ ਸਾਹਿਬ ਜਿੱਥੇ ਮਹਾਰਾਜ ਪ੍ਰਕਾਸ਼ ਹੋਏ ਸਨ, ਗੋਡੇ ਭਾਰ ਹੱਥ ਰੱਖ ਕੇ ਬੈਠ ਗਏ ਅਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਣ ਤਿਆਗ ਕੇ